तितलियां और सिंगर ने अपने सतिंदर सरताज जी और क्या ही बात है उन्होंने जिन्नी तारीफ की जाए घट है। सो पहले फिर सुनने सॉन्ग और करते हैं फिर रिएक्शन। बिल्कुल जी, करते हैं वीडियो स्टार्ट। और वीडियो स्टार्ट करने से पहले सो रिक्वेस्ट है कि चैनल को सब्सक्राइब कर लो, नाले बेल आइकन क्लिक कर लो ताकि सारी आने वाली हर वीडियो का नोटिफिकेशन आपको मिलता रहे। सो लेट्स स्टार्ट नाउ वीडियो स्टार्ट। जुगनू प्रेजेंट तितली। शायद लभदा लभौंदा कदी साडे तीक आवे असी ओदी एक चीज भी छुपाई जान के। शायद ओनू भी प्यार वाली महक जही आवे असी फुल्लां उत्ते तितली बिठाई जान के। शायद लभदा लभौंदा कदी साडे तीक आवे असी ओदी एक चीज भी छुपाई जान के। शायद ओनू भी प्यार वाली महक जही आवे असी फुल्लां उत्ते तितली बिठाई जान के। जेड़ा पौरिया गुलाबा विचों रस कट्ठा किया सी ओ कमलां दे पत्तियां ते पाके दे गए। मधुमक्खियां दे टोले साडे जज़्बे नूं देख शायद अपने छत्तियां तो लाके दे गए। वेरी नाइस यार, बहुत कमाल दे। असी रस अते शहद विच शब्द मिला के सच्चे इश्के ते चाशनी बनाई जान के।
ਸ਼ੈਦਾਨੂੰ ਜੇ ਪਿਆਰ ਵਾਲੀ ਮਹਿਕ ਜਿਹੀ ਆਵੇ ਅਸੀਂ ਫੁੱਲਾਂ ਉੱਤੇ ਤਿੱਤਲੀ ਬਿਠਾਈ ਜਾਣ ਕੇ ਗਾਈਸ ਸਤਿੰਦਰ ਸਰਤਾਜ ਜੀ ਦਾ ਬਹੁਤ ਹੀ ਪਿਆਰਾ ਸੌਂਗ ਔਰ ਸੌਂਗ ਦੇ ਨਾਲ ਨਾਲ ਜੋ ਹੈ ਲਿਰਿਕਸ ਕਿਆ ਹੀ ਬਾਤ ਹੈ ਮਿਊਜ਼ਿਕ ਆਊਟ ਕਲਾਸ ਕਿ ਇੱਕ ਇੱਕ ਚੀਜ਼ ਬਹੁਤ ਹੀ ਖੂਬਸੂਰਤ ਬਹੁਤ ਹੀ ਪਿਆਰੀ ਹੈ ਔਰ ਜਿੱਦਾਂ ਕਿ ਤੁਸੀਂ ਔਰ ਅਸੀਂ ਜਾਣਦੇ ਹੀ ਹਾਂ ਕਿ ਸਤਿੰਦਰ ਸਰਤਾਜ ਜੀ ਜੋ ਨੇ ਪੰਜਾਬੀ ਦੇ ਉਸਤਾਦ ਮੈਂ ਕਹਾਂਗਾ ਮਾਸਟਰ ਕਹਾਂਗਾ ਉਹ ਨੇ ਸੋ ਬਹੁਤ ਪਿਆਰਾ ਉਹਨਾਂ ਨੇ ਗਾਣਾ ਗਾਇਆ ਮਿਊਜ਼ਿਕ ਥੋੜ੍ਹਾ ਜੋ ਹੈ ਨਾ ਲਾਈਕ ਮਤਲਬ ਉਹਨਾਂ ਦਾ ਇੱਕ ਗਾਣਾ ਹੈਗਾ ਨਾ ਸੱਜਣ ਰਾਜ਼ੀ ਹੋ ਜਾਵੇ ਫਿਰ ਵੀ ਉੱਦਾਂ ਦਾ ਲੱਗਾ ਮੈਨੂੰ ਥੋੜ੍ਹਾ ਜਿਹਾ ਕਿ ਲਾਈਟ ਉਹ ਥੋੜ੍ਹਾ ਤੇਜ਼ ਆ ਅਤੇ ਥੋੜ੍ਹਾ ਲਾਈਟ ਸੀ ਸੋ ਗਾਣੇ ਦੀ ਜੋ ਸਟੋਰੀ ਸੀ ਉਹ ਵੀ ਬਹੁਤ ਪਿਆਰੀ ਸੀ ਸੋ ਸੁਣ ਕੇ ਬਹੁਤ ਅੱਛਾ ਲੱਗਾ ਐਗਜੈਕਟਲੀ ਮੈਨੂੰ ਵੀ ਬਹੁਤ ਜ਼ਿਆਦਾ ਮਜ਼ੇਦਾਰ ਲੱਗਿਆ ਸੌਂਗ ਸੌਂਗ ਦੀ ਜੋ ਲਿਰਿਕਸ ਸੀ ਬਹੁਤ ਹੀ ਜ਼ਿਆਦਾ ਕਮਾਲ ਦੇ ਸੀ ਕਿ ਅਸੀਂ ਜਾਨ ਬਚ ਕੇ ਤਿੱਤਲੀ ਬਿਠਾਈ ਫੁੱਲਾਂ ਉੱਤੇ ਈਚ ਐਂਡ ਐਵਰੀਥਿੰਗ ਬਹੁਤ ਹੀ ਜ਼ਿਆਦਾ ਕਮਾਲ ਦਾ ਸੀ ਮੈਨੂੰ ਪਰਸਨਲੀ ਸੌਂਗ ਬਹੁਤ ਜ਼ਿਆਦਾ ਅੱਛਾ ਲੱਗਾ ਸਪੈਸ਼ਲੀ ਉਹਨਾਂ ਦੀ ਆਵਾਜ਼ ਜੋ ਹੈ ਬਹੁਤ ਹੀ ਜ਼ਿਆਦਾ ਕਮਾਲ ਦੀ ਲੱਗੀ ਲਾਸਟ ਉਹਨਾਂ ਦਾ ਮੈਂ ਐਗਜੈਕਟਲੀ ਲਾਸਟ ਉਹਨਾਂ ਦਾ ਮੈਂ ਇੱਕ ਸੌਂਗ ਸੁਣਿਆ ਸੀ ਨਿੱਕੀ ਜੀ ਕੁੜੀ ਉਹ ਸੌਂਗ ਮੈਨੂੰ ਬਹੁਤ ਜ਼ਿਆਦਾ ਪਸੰਦ ਆਇਆ ਸੀ ਕਿਉਂਕਿ ਉਹਦੇ ਨਾਲ ਕਿਤੇ ਨਾ ਕਿਤੇ ਰਿਐਲਿਟੀ ਸ਼ਾਇਦ ਜੁੜੀ ਹੋਈ ਸੀ ਔਰ ਇਹ ਸੌਂਗ ਵੀ ਮੈਨੂੰ ਬਹੁਤ ਜ਼ਿਆਦਾ ਅੱਛਾ ਲੱਗਿਆ ਬਿਲਕੁਲ ਜੀ ਨੋ ਡਾਊਟ ਸੌਂਗ ਬਹੁਤ ਹੀ ਪਿਆਰਾ ਬਹੁਤ ਹੀ ਕਮਾਲ ਦਾ ਸੌਂਗ ਹੈ ਔਰ ਆਈ ਥਿੰਕ ਕਿ ਤੁਹਾਨੂੰ ਸੌਂਗ ਜ਼ਰੂਰ ਪਸੰਦ ਆਇਆ ਹੋਗਾ ਸਾਡਾ ਰਿਐਕਸ਼ਨ ਵੀ ਵਧੀਆ ਲੱਗਿਆ ਹੋਗਾ ਸੋ ਪਲੀਜ਼ ਗਾਈਜ਼ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਐਂਡ ਸਬਸਕ੍ਰਾਈਬ ਕਰੋ ਥੈਂਕ ਯੂ ਸੋ ਮਚ ਫੋਰ ਵਾਚਿੰਗ ਅੱਲਾ ਹਾਫਿਜ਼